जगत माहे पुछनो ते जोगी को ते जोगी को जुगत न जानो ते जोगी को जुगत न जानो लोभ मोह माया ममता लोभ मोह माया ममता जे घट माहे पछानो जे घट माहे पछानो ते जोगी को ते जोगी को जुगत न जानो ते जोगी को जुगत न जानो कंचन लो समानो कंचन लो समानो हर सोग ते रहे अतीता हर सोग ते रहे अतीता जोगी जोगी ताहे बखानो जोगी ताहे बखानो ते
ਘੱਟ ਮਾਹੇ ਪਛਾਨਾ ਜੈ ਘੱਟ ਮਾਹੇ ਪਛਾਨਾ ਜੋਗੀ ਕੋ ਜੁਗਤ ਨ ਜਾਨੋ
जोग ना भगवी कपड़ी। जोग ना भगवी कपड़ी, जोग ना मैले वेश, दे जोगी को जुगत ना जानो। जोग न खिंता, जोग न डंडे, जोग न पसम चढ़ाइया, जोग न मुंदी मुंड मुंडाइया, जोग न मुंदी मुंड मुंडाइया, जोग न सिन्नी वाइया, ते जोगी को जुगत न जानो। गली जोग न हो, गली जोग न हो, एक दृष्ट कर संसर जान, जोगी कही है सोई। जोगी कही है सोई, जोग न बाहर मड़ी मसान, मड़ी मसानी, जोग न ताड़ी लाइए, जोग न देश देशांतर भावे, जोग न देश देशांतर भावे, जोग न तीर्थ नाहिए। गली जोग न होई, अंजन माहे निरंजन रहिया, अंजन माहे निरंजन रहिया, जोग जुगत एव पाइया, बहादुर पातशाह जी दा बाणी दा मसला। अज भावे पिछले सब्जेक्टा नाल मिलदा जुलदा है, लड़ी है, क्योंकि पिछले दिनों विच ए पिछले हफ्ते आ चुका सी। के माया दा कब्जा है, माया अग्गे विक चुका है, मन माया के हाथ पकड़ना, ते माया दा कर्तव्य सी
ਮੈਂ ਸੰਖੇਪ ਵਿੱਚ ਪਿਛਲੀ ਲੜੀ ਜੋੜਨਾ ਚਾਹੁੰਦਾ। ਮਾਇਆ ਦਾ ਕਰਤੱਵ ਸੀ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਅਤੇ ਜਵਾਬ ਸੀ, ਇਨ ਮਾਇਆ ਜਗਦੀਸ਼ ਗੁਸਾਈ ਤੂੰ ਮੇਰੇ ਚਰਨ ਬਿਸਾਰੇ, ਤੇਰੇ ਤੋਂ ਦੂਰ ਕਰ ਦਿੱਤਾ। ਅਤੇ ਕਿਵੇਂ ਕੀਤਾ? ਕਿਉਂਕਿ ਮਨ ਵਿੱਚ ਪ੍ਰਭੂ ਰਹਿੰਦਾ, ਅਗਮ ਰੂਪ ਕਾ ਮਨ ਮੈਂ ਥਾਨਾ, ਇਸ ਲਈ ਉਹਨੇ ਪਹਿਲਾਂ ਘਰ 'ਤੇ ਕਬਜ਼ਾ ਕੀਤਾ ਹੈ। ਪਿਛਲੀ ਵਾਰ ਦਾ ਸਬਜੈਕਟ ਸੀ। ਅਤੇ ਕਬਜ਼ਾ ਕਰਨ ਲਈ ਉਹਨੂੰ ਸ਼ਕਤੀ ਚਾਹੀਦੀ ਸੀ। ਉਹਨੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ, ਪੰਚਪੂਤ ਜਣੇ ਕਮਾਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਪੁੱਤਰਾਂ ਨੂੰ, ਸ਼ਕਤੀਸ਼ਾਲੀ ਪੁੱਤਰਾਂ ਨੂੰ ਜਨਮ ਦੇ ਕੇ ਘਰ 'ਤੇ ਕਬਜ਼ਾ ਕਰਨ ਦਾ, ਮਨ 'ਤੇ ਕਬਜ਼ਾ ਕਰਨ ਦਾ ਆਰ ਦੇ ਦਿੱਤਾ। ਇਉਂ ਉਹਨਾਂ ਪੰਜਾਂ ਨੇ ਮਨ 'ਤੇ ਕਬਜ਼ਾ ਕਰ ਲਿਆ। ਪਿੱਛੇ ਵਖਲੋਤੀ ਹੈ ਸੋਚ ਮਾਇਆ ਦੀ, ਮਨ 'ਤੇ ਕਬਜ਼ਾ ਕਰ ਲਿਆ। ਹੁਣ ਮਨ ਸੀ ਅਗਮ ਰੂਪ ਕਾ ਮਨ ਮੈਂ ਥਾਨਾ, ਪ੍ਰਭੂ ਦਾ ਭਗਵਾਨ ਦਾ ਟਿਕਾਣਾ, ਉਹਨੇ ਕਬਜ਼ਾ ਕਰਕੇ ਉੱਥੇ ਸ਼ੈਤਾਨ ਦਾ ਟਿਕਾਣਾ ਬਣਾ ਦਿੱਤਾ। ਮੈਂ ਬੜੀ ਸੰਖੇਪ ਵਿੱਚ ਪਿਛਲੇ ਹਫ਼ਤੇ ਦੀ ਕਹਾਣੀ ਜੋੜ ਰਿਹਾ। ਸ਼ੈਤਾਨ ਦਾ ਘਰ, ਇਸੇ ਲਈ ਸੰਸਾਰ ਜਿਹੜਾ ਉਹ ਸ਼ੈਤਾਨ ਦਾ ਘਰ ਬਣ ਗਿਆ। ਹਰ ਪਾਸੇ ਜ਼ੁਲਮ, ਨਿਰਦੈਤਾ, ਰਿਸ਼ਵਤਖੋਰੀ, ਆਪਸ ਵਿੱਚ ਦੁਸ਼ਮਣੀ, ਵੈਰ ਵਿਰੋਧ, ਧਰਮ ਦੇ ਨਾਮ ਥੱਲੇ ਵੀ ਉਹਨਾਂ ਦਾ ਕਬਜ਼ਾ, ਗੁਰਦੁਆਰਿਆਂ 'ਤੇ, ਮਸਜਿਦਾਂ 'ਤੇ, ਮੰਦਰਾਂ 'ਤੇ ਇੱਕ ਦੂਜੇ ਨਾਲ ਕੋਈ ਮਿਲਾਪ ਨਹੀਂ, ਇੱਕ ਦੂਜੇ ਤੋਂ ਨਫ਼ਰਤ, ਇਹ ਸਾਰਾ ਕੁਝ ਸ਼ੈਤਾਨ ਦੇ ਕੰਮ ਸਨ, ਜਿਹੜੇ ਧਰਮ ਦੇ ਖੇਤਰ ਵਿੱਚ ਮਨ 'ਤੇ ਨਹੀਂ ਹੋਣੇ ਚਾਹੀਦੇ ਸਨ, ਮਨ ਕੋਲੋਂ ਕਰਾ ਰਹੇ। ਇੱਥੋਂ ਤੱਕ ਪਿਛਲਾ ਸਮੱਸਿਆ। ਹੁਣ ਇਹ ਹੈ ਕਿ ਜੋਗੀ ਆਖਰ ਕਿਉਂ ਬਣੇ, ਇਹ ਜੋਗ ਮਤ ਪੈਦਾ ਵੀ ਕਿਵੇਂ ਹੋਇਆ? ਕਹਿਣ ਲੱਗੇ ਇਸ ਲਈ ਕਿਉਂਕਿ ਕੁਛ ਲੋਕਾਂ ਨੇ ਮਹਿਸੂਸ ਕੀਤਾ ਸੰਸਾਰ ਤਾਂ ਸ਼ੈਤਾਨ ਦਾ ਘਰ ਬਣ ਗਿਆ ਹੈ, ਦੁਨੀਆਂ ਛੱਡ ਦਿਓ, ਸੰਸਾਰ ਛੱਡ ਦਿਓ, ਰੱਬ ਹੁਣ ਸੰਸਾਰ ਵਿੱਚ ਨਹੀਂ ਰਹਿੰਦਾ ਕਿਉਂਕਿ ਉਹਦਾ ਘਰ ਨਹੀਂ ਰਿਹਾ। ਹੁਣ ਰੱਬ ਸੰਸਾਰ ਵਿੱਚ ਨਹੀਂ ਰਹਿੰਦਾ, ਇਸ ਲਈ ਜੰਗਲਾਂ ਨੂੰ ਚਲੇ ਜਾਓ, ਖੋਰੇ ਰੱਬ ਜੰਗਲਾਂ ਵਿੱਚ ਮਿਲ ਜਾਏ। ਜੇ ਰੱਬ ਨੂੰ ਮਿਲਣ ਦੇ ਜਿਹੜੇ ਖਾਹਿਸ਼ਮੰਦ ਸਨ ਉਹਨਾਂ ਨੇ ਸੰਸਾਰ ਛੱਡਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ ਬੜਾ ਗੰਭੀਰ ਮਸਲਾ ਲੈ ਕੇ ਆਇਆ ਹੈ। ਕਹਿੰਦਾ ਹੈ ਵੀ ਦੁਨੀਆ ਅੰਦਰ ਕੋਈ ਕੰਮ, ਕੋਈ ਸੰਪਰਦਾ, ਕੋਈ ਇਕੱਠ, ਕੋਈ ਵਿਚਾਰਧਾਰਾ, ਸਿਧਾਂਤ ਜੇ ਚੱਲਦਾ ਹੈ ਤਾਂ ਉਹਦੀ ਕੋਈ ਯੁਗਤੀ ਤਾਂ ਹੁੰਦੀ ਹੈ ਨਾ। ਦੁਨੀਆ ਅੰਦਰ ਕੋਈ ਚੀਜ਼ ਐਸੀ ਨਹੀਂ ਬਣੀ ਜਿਹਦੀ ਜੁਗਤ ਕੋਈ ਨਾ ਹੋਵੇ। ਪਹਿਲਾਂ ਜੁਗਤ ਹੁੰਦੀ ਹੈ, ਫਿਰ ਚੀਜ਼ ਬਣਦੀ ਹੈ। ਕਹਿੰਦਾ ਵੀ ਜਤੀ ਸਦਾਨ ਵਾਸਤੇ, ਜੋਗੀ ਬਣਨ ਵਾਸਤੇ ਕੋਈ ਯੁਗਤ ਨਹੀਂ ਸੀ,
ਜਿਹੜਾ ਘਰ ਬਾਰ ਛੱਡ ਦੇਵੇ ਬਸ ਉਹ ਜੋਗੀ, ਜਿਹੜਾ ਭਗਵੇਂ ਕੱਪੜੇ ਪਾ ਲੈ, ਛਿੱਪੀ ਹੱਥ ਵਿੱਚ ਫੜ ਲੈ, ਦਰ ਦਰ 'ਤੇ ਰੋਟੀ ਵੇਲੇ ਕੱਪੜੇ ਵੇਲੇ ਦਰ ਦਰ ਦਾ ਮੰਗਤਾ ਬਣ ਜਾਏ ਬਸ ਉਹ ਜੋਗੀ। ਜੋਗੀ ਲਫ਼ਜ਼ ਤਾਂ ਮਿਲਾਪ ਤੋਂ ਬਣਿਆ, ਯੋਗ ਦਾ ਅਰਥ ਹੈ ਮਿਲਾਪ। ਜੋਗੀ ਬਣਿਆ ਸੀ ਰੱਬ ਤੋਂ, ਵਿਛੜਿਆ ਹੋਇਆ ਮਨੁੱਖ ਰੱਬ ਨੂੰ ਮਿਲੇ ਕਿਵੇਂ ਸੰਸਾਰ, ਕਿਉਂਕਿ ਰੱਬ ਦਾ ਘਰ ਨਹੀਂ ਰਿਹਾ। ਇਸ ਲਈ ਜਾਂ ਵਣਾਂ ਵਿੱਚ ਜੰਗਲ ਵਿੱਚ ਚਲੇ ਜਾਓ ਖੋਰੇ, ਉੱਥੇ ਰੱਬ ਮਿਲ ਜਾਏ, ਉੱਥੇ ਮਿਲ ਜਾਏ। ਪਰ ਜੁਗਤ ਨਹੀਂ ਸਮਝੀ। ਅੱਗੇ ਗੁਰਬਾਣੀ ਦੇ ਸਾਡੇ ਸਾਹਮਣੇ ਵਿਚਾਰਧਾਰਾ ਲਗਾਤਾਰ ਚੱਲਣਗੀ ਕਿ ਜੁਗਤ ਯੋਗ ਦੀ ਵੀ ਕਿੱਥੋਂ ਮਿਲਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਦਾ ਨਤੀਜਾ ਨਿਕਲਿਆ, ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ, ਪਰਿਵਾਰ ਛੱਡ ਦਿੱਤਾ, ਕੁਟੰਬ ਛੱਡ ਦਿੱਤਾ, ਕਾਰੋਬਾਰ ਛੱਡ ਦਿੱਤਾ, ਜੰਗਲਾਂ ਵਿੱਚ ਚਲਾ ਗਿਆ ਇਸ ਖਿਆਲ ਨਾਲ ਰੱਬ ਮਿਲੇਗਾ। ਪਰ ਰੱਬ ਤਾਂ ਸੀ ਮਨ ਵਿੱਚ, ਅਤੇ ਮਨ ਸਿਰ ਕਬਜ਼ਾ ਸੀ, ਪੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਮਾਇਆ ਹੁੰਦੀ ਪਿੱਛੇ ਖੜੀ ਸੀ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ, ਕਹਿਣ ਲੱਗੀ ਪੂਰ ਤਾਪ ਗੇਰੂ ਕੇ ਬਸਤਰਾ ਅਪਦਾ ਕਾ ਮਾਰਿਆ ਘਰ ਤੇ ਨਸਤਾ ਦੇਸ ਛੋੜ ਪਰਦੇਸੇ ਧਾਇਆ ਦੇਸ ਛੋੜ ਪਰਦੇਸੇ ਧਾਇਆ ਪੰਚ ਚੰਡਾਲ ਨਾਲ ਲੈ ਆਇਆ ਘਰ ਤਾਂ ਛੱਡ ਦਿੱਤਾ। ਪਰ ਇਹ ਜੁਗਤ ਨਾ ਜਾਣਨ ਕਰਕੇ, ਸਮਝਣ ਨਾ ਕਰਕੇ ਵੀ ਯੋਗ ਕਿਵੇਂ ਹੁੰਦਾ ਹੈ, ਮਿਲਾਪ ਕਿਵੇਂ ਹੁੰਦਾ, ਇਸ ਗੱਲ ਦੀ ਸਮਝ ਨਾ ਲੈਣ ਕਰਕੇ ਇੱਕ ਗੱਲ ਨਾ ਪਛਾਣੀ ਵੀ ਮੈਂ ਘਰ ਤਾਂ ਛੱਡ ਦਿੱਤਾ ਹੈ, ਜਿੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੈਨੂੰ ਵਿਛੋੜਿਆ ਹੋਇਆ ਸੀ ਇਹਨ ਪੰਚਨ ਪਿਛਲੀ ਵਾਰ ਭਾਈ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਮਨ 'ਤੇ ਕਬਜ਼ਾ ਕੀਤਾ ਹੋਇਆ ਸੀ, ਪਲ ਪਲ ਹਰ ਕਦਮ 'ਤੇ ਮੈਨੂੰ ਅਤੇ ਮੇਰੇ ਮਾਲਕ ਨੂੰ ਆਪਸ ਵਿੱਚ ਦੂਰ ਕਰ ਰਹੇ ਸਨ, ਪਲ ਪਲ ਹਰ ਜੀ ਅਤੇ ਅੰਤਰ ਪਾ ਰਹੇ ਹੋ ਕਿ ਘਰ ਛੱਡਣ ਨਾਲ ਮਨ ਵਿੱਚ ਉਹ ਨਹੀਂ ਆਏ, ਕਹਿੰਦੇ ਨੇ ਉਹ ਤਾਂ ਨਾਲ ਹੀ ਆ ਗਏ। ਗੁਰਬਾਣੀ ਸਤਿਗੁਰੂ ਕਹਿੰਦੇ ਨੇ ਦੇਸ ਛੋੜ ਪਰਦੇਸੇ ਧਾਇਆ ਗ੍ਰਹਿ ਤਜ ਗ੍ਰਹਿ ਤਜ ਬਣ ਖੰਡ ਜਾਈਏ ਘਰ ਛੱਡ ਦਿੱਤਾ, ਜੰਗਲਾਂ ਵਿੱਚ ਚਲਾ ਗਿਆ। ਗ੍ਰਹਿ ਤਜ
ਬਣ ਖੰਡ ਜਾਈਏ ਚੂਨ ਖਾਈਏ ਕੰਦਾ ਚੂਨ ਖਾਈਏ ਕੰਦਾ ਅਜੋ ਬੇਕਾਰ ਨ ਛੋੜੇ ਪੰਜ ਵਿਕਾਰ ਜਿਹੜੇ ਸਨ ਉਹ ਤਾਂ ਨਾਲ ਹੀ ਨਾ ਗਏ ਅਜੋ ਵਿਕਾਰ ਨ ਛੋੜੇ ਪਾਪੀ ਮਨ ਮਨ ਪਾਪੀ ਰਿਹਾ ਉਹਨਾਂ ਪੰਜਾਂ ਕਰਕੇ ਬਲਕਿ ਗੁਰੂ ਨੇ ਬਾਣੀ ਅੰਦਰ ਬੜੀਆਂ ਗੱਲਾਂ ਬੜੀਆਂ ਸੰਖੇਪ ਵਿੱਚ ਸਮਝਾਈਆਂ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸ ਰਹੇ ਗੁਰਬਾਣੀ ਦੀ ਤੁੱਕ ਉਹਨਾਂ ਪੰਜਾਂ ਦੇ ਵਸ ਵਿੱਚ ਹੋਇਆ ਹੋਇਆ ਉਹਨਾਂ ਦੇ ਚੁਗਿਰਦੇ ਬੰਧਨ ਵਿੱਚ ਪਿਆ ਹੋਇਆ ਉਹਨਾਂ ਦੇ ਅਧੀਨ ਹੋਇਆ ਹੋਇਆ ਮਨ ਪਾਪ ਕਰ ਰਿਹਾ ਸੀ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਸਾਰਾ ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਾਸਰੇ ਅਖੇ ਤੀਰਥ ਨਾਏ ਕਹੇ ਸਭ ਉਤਰੇ ਹੈ ਬ੍ਰਾਹਮਣ ਨੇ ਇੱਕ ਗੱਲ ਹੋਰ ਬ੍ਰਾਹਮਣ ਦੀ ਕੰਨ ਵਿੱਚ ਪਾ ਦਿੱਤੀ ਉਹ ਕਿ ਜੇ ਤੂੰ ਇੱਥੇ ਆ ਜਾਏ ਆ ਗੰਗਾ 'ਤੇ ਇਸ਼ਨਾਨ ਕਰ ਲਏ ਆ ਸਰੋਵਰ ਵਿੱਚ ਨਹਾ ਲਏ ਸਾਰੇ ਪਾਪ ਉਤਰ ਜਾਂਦੇ ਨੇ ਆ ਮਨੁੱਖ ਦੇ ਮਨ ਵਿੱਚ ਧਰਮ ਦੇ ਖੇਤਰ ਵਿੱਚ ਗੰਗਾ ਜਮੁਨਾ ਗੋਦਾਵਰੀ ਇਹਨਾਂ 'ਤੇ ਜਾ ਕੇ ਇਸ਼ਨਾਨ ਕਰਨਾ ਤੀਰਥਾਂ ਦੀ ਯਾਤਰਾ ਕਰਨਾ ਪੈਸਾ ਵੀ ਜ਼ਾਇਆ ਕਰਨਾ ਜ਼ਿੰਦਗੀ ਜੀਵਨ ਦਾ ਕੀਮਤੀ ਸਮਾਂ ਵੀ ਲਾਉਣਾ ਅਤੇ ਜਾ ਕੇ ਇਸ਼ਨਾਨ ਕਰਨਾ ਕਿਉਂ ਸ਼ੁਰੂ ਹੋਇਆ ਅੱਜ ਵੀ ਤੀਰਥ ਯਾਤਰਾ ਨਿਕਲਦੀਆਂ ਨੇ ਹਜ਼ਾਰਾਂ ਰੁਪਏ ਉਹ ਮੰਗਦੇ ਨੇ ਗੱਡੀਆਂ ਦੇ ਬੱਸਾਂ ਦੇ ਰਸਤੇ ਦੀ ਖੁਰਾਕ ਦੇ ਪਰ ਮਨੁੱਖ ਦਿੰਦਾ ਹੈ ਮਨ ਅੰਦਰ ਇੱਕ ਸ਼ਰਧਾ ਹੁੰਦੀ ਹੈ ਤੀਰਥਾਂ 'ਤੇ ਇਸ਼ਨਾਨ ਕਰਨ ਜਾਣਾ ਗੁਰਬਾਣੀ ਕਿਸ ਤਰ੍ਹਾਂ ਮਨੁੱਖ ਨੂੰ ਇਹਨਾਂ ਜੰਜਾਲਾਂ ਤੋਂ ਬਾਹਰ ਕੱਢ ਕੇ ਨਿਊਟਰਲ ਕਰਕੇ ਸੁਖੀ ਕਰਦੀ ਹੈ ਗੁਰੂ ਕਹਿੰਦੇ ਨੇ ਪਾਪ ਕਰੇ ਪੰਚਾਂ ਕੇ ਬਸ ਰਹੇ ਪੰਜਾਂ ਕਾਮ ਕ੍ਰੋਧ ਲੋਭ ਅਹੰਕਾਰ ਦੇ ਅਧੀਨ ਹੋਇਆ ਹੋਇਆ ਮਨੁੱਖ ਪਾਪ ਕਰਦਾ ਹੈ ਅਖੇ ਤੀਰਥ ਨਹਾਏ ਕਹੇ ਸਭ ਉਤਰੇ ਵੀ ਜੇ ਮੈਂ ਤੀਰਥਾਂ 'ਤੇ ਇਸ਼ਨਾਨ ਕਰ ਲਵਾਂ ਫਲਾਣੇ ਸਰੋਵਰ ਵਿੱਚ ਇਸ਼ਨਾਨ ਕਰ ਲਵਾਂ ਫਲਾਣੀ ਨਦੀ 'ਤੇ ਨਹਾ ਲਵਾਂ ਬਸ ਸਾਰੇ ਪਾਪ ਉਤਰ ਜਾਂਦੇ ਨੇ ਇਹ ਤਾਂ ਆਮ ਖਿਆਲ ਹੈ ਨਾ ਜਿਹੜਾ ਗੁਰਬਾਣੀ ਨੇ ਦਿੱਤਾ ਹੈ ਮੈਂ ਤਾਂ ਹੈਰਾਨ ਹਾਂ ਜੇ ਗੁਰਬਾਣੀ ਸਮਝ ਕੇ ਵੀ ਅਸੀਂ ਨਿਰਭੈ ਨਿਰਛਲ ਇਹਨਾਂ ਭਰਮਾਂ ਤੋਂ ਬਾਹਰ ਨਾ ਨਿਕਲੀਏ ਤਾਂ ਫਿਰ ਕੀ ਸਵਾਦ ਆ ਗੁਰੂ ਕਹਿੰਦੇ ਨੇ ਤੀਰਥ ਨਹਾਏ ਕਹੇ ਸਭ ਉਤਰੇ ਮੈਂ ਤੀਰਥਾਂ 'ਤੇ ਨਹਾਇਆ
ਹੁਣ ਮੇਰੇ ਪਾਪ ਸਾਰੇ ਉੱਤਰ ਗਏ ਨੇ। ਅਤੇ ਫਿਰ ਕੀ ਪਾਪ ਛੱਡ ਦਿੱਤੇ ਨੇ? ਤਾਂ ਪਾਪ ਤਾਂ ਉੱਤਰ ਗਏ, ਸਮਾਧ ਥਾਂ ਖਾਲੀ ਹੋ ਗਈ। ਗੁਰਬਾਣੀ ਨੇ ਬੜੀ ਸੁੰਦਰ ਹਰ ਗੱਲ ਸਪਸ਼ਟ ਕੀਤੀ। ਕਹਿਣ ਲੱਗੇ ਹੋਇਆ ਕਿ ਬੋਰ ਕਮਾਵੈ ਰਹਿ ਹੋਏ ਨਿਸੰਕ, ਉਸ ਤੋਂ ਬਾਅਦ ਫਿਰ ਪਾਪ ਕਰਨ ਲੱਗ ਪਿਆ ਅਤੇ ਅੱਗੇ ਨਾਲੋਂ ਜ਼ਿਆਦਾ ਕਰਨ ਲੱਗ ਪਿਆ। ਚਲੋ ਅਗਲੇ ਸਾਲ ਫਿਰ ਇਸ਼ਨਾਨ ਕਰ ਲਵਾਂਗੇ। ਜੇ ਇੱਥੇ ਇਸ਼ਨਾਨ ਕਰਨ ਨਾਲ ਹੀ ਸਾਰੇ ਪਾਪ ਉਤਰ ਜਾਂਦੇ ਨੇ ਤਾਂ ਇਹ ਤਾਂ ਕੰਮ ਬੜਾ ਸੌਖਾ ਹੈ। ਰੱਜ ਕੇ ਪਾਪ ਕਰੋ, ਅਗਲੇ ਸਾਲ ਫਿਰ ਇਸ਼ਨਾਨ ਕਰ ਲਵਾਂਗੇ। ਗੁਰਬਾਣੀ ਹੈ, ਮੈਂ ਆਪਣੀ ਜ਼ੁਬਾਨੋਂ ਕੁਝ ਨਹੀਂ ਕਹਿੰਦਾ। ਗੁਰੂ ਕਹਿੰਦੇ ਨੇ ਬੋਰ ਕਮਾਵੇ ਹੋਏ ਨਿਸੰਕ, ਫਿਰ ਨਿਸੰਕ ਹੋ ਕੇ ਪਾਪ ਕਰਦਾ, ਕਹਿੰਦਾ ਨਹੀਂ ਅਗਲੇ ਸਾਲ ਫਿਰ ਇਸ਼ਨਾਨ ਕਰ ਲਵਾਂਗੇ। ਪਰ ਸਤਿਗੁਰੂ ਕੀ ਕਹਿੰਦੇ ਨੇ? ਸਤਿਗੁਰੂ ਕਹਿੰਦੇ ਨੇ ਪਰ ਹਰ ਪਾਪ ਪਛਾਣੇ ਆਪ, ਭਲਿਆ ਪਾਪ ਛੱਡਣੇ ਪੈਣਗੇ। ਪਾਪੀ ਕਰਮ ਕਮਾਵੰਦੇ ਕਰਦੇ, ਹਾਏ ਹਾਏ ਪਾਪ ਕਰਿੰਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜ਼ਕ ਪਾਏ ਸਿਰਜਣ ਹਾਰੇ, ਲੇਖਾ ਮੰਗੇ ਬਾਣੀਆਂ। ਸਤਿਗੁਰੂ ਕਹਿੰਦੇ ਨੇ ਬਾਰ ਬਾਰ ਇੱਕ ਗੱਲ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਅਨਕਾਏ ਰਾਤੜਿਆ ਵਾਟ ਦੋਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ। ਗੁਰੂ ਸਮਝਾ ਰਿਹਾ, ਪਰ ਬ੍ਰਹਮ ਨਿਯਮ ਕਹਿੰਦਾ ਤੂੰ ਪਾਪ ਕਰ, ਇੱਥੇ ਆ ਕੇ ਗੰਗਾ 'ਤੇ ਇਸ਼ਨਾਨ ਕਰ ਜਾਈ, ਮੇਰੀ ਭੇਟਾ ਦੇ ਜਾਈ, ਤੇਰੇ ਪਾਪ ਸਾਰੇ ਉਤਰ ਜਾਣਗੇ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਉਹਦਾ ਨਤੀਜਾ ਕੀ ਨਿਕਲਿਆ? ਲੋਕਾਂ ਨੇ ਘਰ ਬਾਰ ਛੱਡ ਕੇ ਤੀਰਥਾਂ ਦੀ ਯਾਤਰਾ ਸ਼ੁਰੂ ਕਰ ਲਈ, ਪਰ ਜਿਹੜੇ ਪਾਪ ਅਤੇ ਪਾਪਾਂ ਦਾ ਕਰਾਉਣ ਵਾਲੇ ਪੰਜ ਸਨ, ਉਹ ਨਾਲੇ ਤੁਰ ਗਏ। ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਹਰ ਪਾਪ ਤੈ ਜੋਗੀ ਕੋ ਜੁਗਤ ਨਾ ਜਾਨੋ। ਕਹਿਣ ਲੱਗੇ ਆ ਗੱਲ ਸਮਝ ਲੈ, ਕਿਸੇ ਦੇ ਭਗਵੇ ਕੱਪੜੇ ਪਾ ਕੇ ਘਰ ਬਾਰ ਛੱਡ ਕੇ ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ ਇਹੋ ਜੋਗੀ? ਇਸ ਤਰ੍ਹਾਂ ਜੋਗੀ ਨਹੀਂ ਬਣੀਦਾ। ਜੋਗੀ ਜੁਗਤ ਨਾ ਜਾਣੇ ਅੰਧ, ਉਹ ਅੰਧ ਹੈ, ਅਗਿਆਨਤਾ ਵਿੱਚ ਹੈ, ਉਹ ਜਾਣਦਾ ਹੀ ਨਹੀਂ ਜੁਗਤ ਕੀ ਹੈ। ਜੋਗੀ ਜੁਗਤ ਨਾ ਜਾਣੇ ਅੰਧ, ਇਹੋ ਜੋਗ ਨਾ ਹੋਵੇ ਜੋਗੀ, ਕੁਟੰਬ ਛੋੜ ਪਰ ਭਵਨ ਕਰੇ, ਕੁਟੰਬ ਛੱਡ ਦੇਵੇਂ, ਪਰਿਵਾਰ ਛੱਡ ਦੇਵੇਂ, ਜੰਗਲਾਂ ਵਿੱਚ ਚਲਾ ਜਾਏ ਅਤੇ ਪਰਾਏ ਘਰਾਂ ਦੇ ਦਰਵਾਜ਼ੇ 'ਤੇ ਜਾ ਕੇ ਮੰਗ ਖਾਏ, ਉਹ ਜੋਗੀ ਨਹੀਂ ਬਣੀਦਾ।
ਫੈਸਲਾ ਬਣ ਗਿਆ ਕਹਿਣ ਲੱਗੇ ਤੇ ਜੋਗੀ ਕੋ ਜੁਗਤ ਨਾ ਜਾਨੋ ਕਹਿਣ ਲੱਗੇ ਨਿਸ਼ਾਨੀ ਕੀ ਹੈ ਕਿ ਜਿਸ ਲੋਭ ਮੋਹ ਹੰਕਾਰ ਨੇ ਤੇਰੇ ਤੋਂ ਰੱਬ ਵਿਛੋੜਿਆ ਸੀ ਅੰਦਰ ਤੇਰਾ ਮਨ ਜਿਹੜਾ ਰੱਬ ਦਾ ਘਰ ਸੀ ਉਹਦੇ 'ਤੇ ਕਬਜ਼ਾ ਕੀਤਾ ਸੀ ਉਹ ਤਾਂ ਤੇਰੇ ਨਾਲ ਹੀ ਨੇ ਕਹਿਣ ਲੱਗੇ ਜਿਸ ਜੋਗੀ ਦੇ ਅੰਦਰ ਉਹ ਪੰਜੇ ਬੈਠੇ ਹੋਣ ਸਮਝ ਲਿਓ ਵੀ ਇਹਨੇ ਜੋਗੀ ਇਹਨੇ ਜੁਗਤੀ ਨਹੀਂ ਜਾਣੀ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਣ ਜੇ ਘਟ ਮਾਹੇ ਪਛਾਨੋ ਜਿਨ੍ਹਾਂ ਦੇ ਅੰਦਰ ਵੇਖ ਲਓ ਵੀ ਇਹ ਚੀਜ਼ਾਂ ਮੌਜੂਦ ਨੇ ਘਰ ਤਾਂ ਛੱਡ ਦਿੱਤਾ ਪਰ ਪੰਜੇ ਕੰਮ ਕਦਲੋ ਮੋਹ ਹੰਕਾਰ ਨਹੀਂ ਛੱਡੇ ਬਲਕਿ ਗੁਰੂ ਨੇ ਬਾਣੀ ਵਿੱਚ ਆਖਿਆ ਉਹ ਮਨੁੱਖ ਦੇ ਅੰਦਰ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਜ਼ਿਆਦਾ ਹੈ ਕਿਉਂਕਿ ਜਿਹੜਾ ਕਮਾਈ ਕਰਦਾ ਉਹਨੂੰ ਤਾਂ ਪਤਾ ਸਾਲ ਮਹੀਨੇ ਬਾਅਦ ਮੈਨੂੰ ਇੰਨੀ ਇੱਜ਼ਤ ਮਿਲ ਜਾਣੀ ਮੈਂ ਇਹਦੇ ਵਿੱਚ ਗੁਜ਼ਾਰਾ ਕਰਨਾ ਹੈ ਉਹ ਆਪਣਾ ਬਜਟ ਬਣਾ ਲੈਂਦਾ ਹੈ ਉਹਨੂੰ ਫਿਕਰ ਕੋਈ ਨਹੀਂ ਸੁੱਖ ਦੀ ਨਹੀਂ ਦੇ ਸੌਂਦਾ ਸਾਰਾ ਮਹੀਨਾ ਮੈਨੂੰ ਕੰਮ ਕਰਨਾ ਜ਼ਰੂਰ ਪਏਗਾ ਲੇਕਿਨ ਮਹੀਨੇ ਬਾਅਦ ਮੈਨੂੰ ਇੰਨਾ ਕੁਛ ਮਿਲ ਜਾਣਾ ਮੈਂ ਉਹਨੂੰ ਸਾਰੇ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਤਕਸੀਮ ਕਰਨਾ ਵੰਡ ਕਰਨੀ ਉਹਨੇ ਬਣਾ ਲਿਆ ਬਜਟ ਪਰ ਜਿਹੜਾ ਜੋਗੀ ਬਣ ਕੇ ਘਰ ਬਾਰ ਛੱਡ ਕੇ ਕੰਮ ਕਾਰ ਛੱਡ ਕੇ ਜੰਗਲ ਵਿੱਚ ਚਲਾ ਗਿਆ ਉਹਨੂੰ ਤਾਂ ਪਤਾ ਨਹੀਂ ਸਵੇਰ ਦੀ ਰੋਟੀ ਮਿਲਣੀ ਕਿ ਨਹੀਂ ਮਿਲਣੀ ਕਿਵੇਂ ਮਿਲਣੀ ਬਹੁਤੇ ਪੇਖ ਕਰੇ ਪੇਖਦਾਰੀ ਅੰਤਰ ਤ੍ਰਿਸ਼ਨਾ ਤ੍ਰਿਸ਼ਨਾ ਅੰਦਰ ਹੈ ਘਰ ਘਰ ਮੰਗ ਰਿਹਾ ਹੈ ਸਾਧਨ ਭੋਜਨ ਦੋ ਚੀਜ਼ਾਂ ਦੀ ਆਸਾ ਉਹਦੇ ਮਨ ਅੰਦਰ ਹਮੇਸ਼ਾ ਬਣੀ ਰਹਿੰਦੀ ਹੈ ਕਿੱਥੋਂ ਕੱਪੜਾ ਮਿਲੇਗਾ ਸਾਧਨ ਕਹਿੰਦੇ ਨੇ ਕੱਪੜੇ ਨੂੰ ਭੋਜਨ ਕਹਿੰਦੇ ਨੇ ਖਾਣੇ ਨੂੰ ਦੋ ਚੀਜ਼ਾਂ 'ਤੇ ਮਨੁੱਖ ਦੀ ਲੋੜ ਨੇ ਨਾ ਕਹਿਣ ਲੱਗੇ ਸਾਧਨ ਭੋਜਨ ਦੋ ਚੀਜ਼ਾਂ ਦੀ ਆਸਾ ਉਹਨੂੰ ਹਮੇਸ਼ਾ ਸਤਾ ਰਾਤ ਵੀ ਨੀਂਦ ਨਹੀਂ ਆਉਂਦੀ ਉਹਦਾ ਮਨ ਵੀ ਸਮਾਧੀ ਵਿੱਚ ਨਹੀਂ ਲੱਗਦਾ ਅੱਜ ਦਾ ਖਾਣਾ ਕਿਹੜੇ ਘਰੋਂ ਮਿਲੇਗਾ ਆਹ ਕੱਪੜੇ ਫਟ ਖਿੰਥਾ ਫਟ ਗਈ ਨਵੀਂ ਖਿੰਥਾ ਕਿੱਥੋਂ ਮਿਲੇਗੀ ਗੁਰੂ ਕਹਿੰਦੇ ਨਹੀਂ ਇਹ ਯੋਗ ਨਹੀਂ ਬਣਦਾ ਲਓ ਹੁਣ ਮੈਂ ਆਖਰੀ ਲਫਜ਼ਾਂ 'ਤੇ ਪੁੱਜਾ ਕਹਿੰਦੇ ਨੇ ਇਹ ਯੋਗ ਨਹੀਂ ਬਣੀਦਾ ਚੰਚਲ ਮਨ ਦਹਿ ਦਿਸ ਕੋ ਧਾਵਤ ਅਚਲ ਜਾਏ ਠਹਿਰਾਨੋ ਕਹਿਣ ਲੱਗੇ ਜੀ ਯੋਗੀ ਕਿਵੇਂ ਬਣੀਦਾ ਪਹਿਲੀਆਂ ਦੋ ਤੁਕਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸ਼ਬਦ ਦੀਆਂ ਅਗਲੀਆਂ ਜਿਹੜੀਆਂ ਚਾਰ ਤੁਕਾਂ ਨੇ ਉਹ ਕੇਵਲ ਯੋਗ ਜੁਗਤ ਦਾ ਤਰੀਕਾ ਦੱਸਦੀਆਂ ਨੇ ਕਹਿੰਦੇ ਨੇ ਪਰ ਨਿੰਦਾ ਉਸਤਤ ਨੇ ਜਾ ਕੇ ਇੰਨਾ ਬੇਲਗਾਵ ਹੋ ਜਾਏ ਲਗਾਓ ਨਾ ਰਵੇ ਕਿਸੇ ਚੀਜ਼ ਦੀ ਪਕੜ ਨਾ ਰਹੇ ਸੰਸਾਰ ਵਿੱਚ ਹੁੰਦਿਆਂ ਹੋਇਆਂ ਸੰਸਾਰ ਨਾਲੋਂ ਸੰਬੰਧ ਤੋੜੇ
ਸਤਿਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ ਹੈ, ਮਾਇਆ ਮੈਂ ਜਿਸ ਰੱਖੇ ਉਦਾਸ, ਇਹ ਨਹੀਂ ਆਇਆ ਮਾਇਆ ਛੱਡ ਦੇ, ਮਾਇਆ ਮੈਂ ਜਿਸ ਰੱਖੇ ਉਦਾਸ, ਕਹਿ ਕਬੀਰ ਹਾਂ ਤੰਕਾ ਦਾਸ। ਮੈਂ ਤਾਂ ਹੈਰਾਨ ਹੁੰਦਾ, ਭਾਈ ਗੁਰਦਾਸ ਜੀ ਨੇ ਰਾਜੇ ਜਨਕ ਦੀ ਗੱਲ ਕੀਤੀ ਹੈ ਨਾ, ਉਹਦੇ ਵਿੱਚ ਵੀ ਉਹਦੀ ਇੱਕ ਨਿਸ਼ਾਨੀ ਦਿਓ, ਰਾਜਾ ਸੀ, ਮਹਾਲ ਮਾੜੀਆਂ ਵਿੱਚ ਰਹਿੰਦਾ ਸੀ, ਪਤਨੀ ਪਰਿਵਾਰ ਸੀ, ਰਾਜ ਸਿੰਘਾਸਨ 'ਤੇ ਬੈਠਦਾ ਸੀ, ਹੀਰੇ ਮੋਤੀ ਜਵਾਹਰਾਤ ਉਹਦੇ ਖਜ਼ਾਨੇ ਵਿੱਚ ਮੌਜੂਦ ਸਨ। ਫਿਰ ਜੇ ਇਸੇ ਚੀਜ਼ ਦੇ ਨਾਮ ਆਇਆ ਹੁੰਦਾ ਤਾਂ ਉਹ ਭਗਤ ਵੱਡਾ ਕਿਵੇਂ ਹੁੰਦਾ? ਉਹ ਜਦੋਂ ਭਗਤੀ ਦਾ ਸਵਾਲ ਆਇਆ ਉਹਦੇ ਨਾਂ ਨਾਲ ਵੱਡਾ ਲਫਜ਼ ਜੋੜਿਆ, ਇਹਦਾ ਮਤਲਬ ਭਗਤਾਂ ਵਿੱਚ ਵੀ ਕੋਈ ਵੱਡਾ ਛੋਟਾ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਲਫਜ਼ ਵਰਤੇ, ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ। ਕਿਉਂ ਵੱਡਾ ਹੈ? ਕਿਉਂਕਿ ਬਾਕੀ ਭਗਤੀਆਂ ਭਗਤ ਕਰਨ ਵਾਲਿਆਂ ਨੇ ਤਾਂ ਹੋ ਸਕਦਾ ਮਾਇਆ ਛੱਡ ਦਿੱਤੀ ਹੋਵੇ, ਘਰ ਬਾਰ ਛੱਡ ਦਿੱਤਾ ਹੋਵੇ, ਜੰਗਲਾਂ ਵਿੱਚ ਬੈਠ ਕੇ ਤਪ ਕੀਤਾ ਹੋਵੇ, ਪਰ ਕਿਹੜੀ ਅਜੀਬ ਗੱਲ ਹੈ, ਰਾਜਾ ਜਨਕ ਇਸ ਲਈ ਵੱਡਾ ਭਗਤ ਹੈ ਕਿਉਂਕਿ ਉਹ ਰਾਜ ਭਾਗ ਦੇ ਵਿੱਚ ਬੈਠਾ ਹੋਇਆ ਭਗਤੀ ਕਰ ਰਿਹਾ, ਉਹਦਾ ਲਗਾਓ ਕੋਈ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ। ਅਗਲੀ ਅੱਧੀ ਲਾਈਨ ਪੜ੍ਹੋ, ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਦੇ ਵਿੱਚ, ਦੌਲਤ ਵਿੱਚ, ਸੰਸਾਰ ਵਿੱਚ। ਕਹਿਣ ਲੱਗੇ ਸੰਸਾਰ ਛੱਡ ਕੇ ਜੰਗਲਾਂ ਵਿੱਚ ਜਾਣ ਨਾਲ ਰੱਬ ਨਹੀਂ ਮਿਲਦਾ, ਜਿੱਥੇ ਰੱਬ ਰਹਿੰਦਾ ਵੇ ਉੱਥੇ ਮਿਲਣਾ। ਬਾਬਾ ਕਬੀਰ ਜੀ ਨੇ ਇੱਕ ਲਾਈਨ ਬੜੀ ਖੂਬਸੂਰਤ ਆਖੀ, ਕਹਿਣ ਲੱਗੇ ਜਿਸ ਤੂੰ ਜਾਚੇ, ਜੇ ਤੂੰ ਜਾਚੇ ਸੋ ਤਿਰ ਭਵਨ ਭੋਗੀ। ਹੈ ਜੋਗੀ, ਜਿਹਨੂੰ ਤੂੰ ਮਿਲਣਾ ਚਾਹੁੰਦਾ, ਜਿਹਨੂੰ ਮਿਲਣ ਲਈ ਤੂੰ ਜੰਗਲਾਂ ਵਿੱਚ ਗਿਆ ਹੈ, ਉਹ ਤਾਂ ਤਿੰਨਾਂ ਭਵਨਾਂ ਵਿੱਚ ਵੱਸ ਰਿਹਾ ਹੈ ਅਤੇ ਤਿੰਨਾਂ ਭਵਨਾਂ ਵਿੱਚ ਆਪਣਾ ਕਾਰੋਬਾਰ ਚਲਾ ਰਿਹਾ, ਉਹ ਤਾਂ ਭੋਗੀ ਹੈ। ਦੇਖਿਆ ਭੋਗੀ ਨੂੰ ਮਿਲਣ ਵਾਸਤੇ ਜੋਗੀ ਬਣੇ, ਬੜੀ ਅਜੀਬ ਗੱਲ ਹੈ। ਬਾਬਾ ਕਬੀਰ ਕਹਿੰਦੇ ਨੇ, ਕਹਿੰਦੇ ਨੇ ਜੇ ਤੂੰ ਜਾਚੇ ਸੋ ਤਿਰ ਭਵਨ ਭੋਗੀ। ਕਹਿ ਕਬੀਰ ਕੈਸੋ ਜਗ ਜੋਗੀ, ਸੰਸਾਰ ਅੰਦਰ ਜੋਗੀ ਕੀ ਹੈ? ਉਸ ਰੱਬ ਨੂੰ ਮਿਲਣਾ ਚਾਹੁੰਦਾ ਜਿਹੜਾ ਰੱਬ ਸੰਸਾਰ ਵਿੱਚ ਰਹਿੰਦਾ। ਮਾਇਆ ਮੈਂ ਜਿਸ ਰੱਖੇ ਉਦਾਸ। ਕਹਿਣ ਲੱਗੇ ਚੰਗੀ ਗੱਲ ਤਾਂ ਇਹ ਹੈ ਕਿ ਸੰਸਾਰ ਛੱਡ ਨਾ, ਜਿਹੜਾ ਮਨ ਮਾਇਆ ਦੇ ਕਬਜ਼ੇ ਵਿੱਚ ਹੈ ਨਾ, ਜਿਹੜਾ ਉਹਦੇ ਪੰਜ ਪੁੱਤਰਾਂ ਦੀ ਗ੍ਰਿਪ ਵਿੱਚ ਹੈ ਨਾ, ਉਹਨਾਂ ਕੋਲੋਂ ਮਨ ਆਜ਼ਾਦ ਕਰਾ ਲਓ। ਅੱਜ ਦੇ ਸ਼ਬਦ ਦਾ ਆਖਰ ਕਹਿੰਦੇ ਨੇ ਉਹ ਕਿਵੇਂ ਹੁੰਦਾ ਹੈ, ਅੱਗੇ ਤੋਂ ਕਹੀ ਹੈ, ਚੰਚਲ ਮਨ ਦੇ ਦਿਸ ਕੋ ਧਾਵਤ। ਮਨ ਹੈ ਚੰਚਲ, ਹੁਣ ਕੋਸ਼ਿਸ਼ ਕਰਾਂਗੇ ਆਪਾਂ ਸਵੇਰ ਦੇ ਫਿਰ ਸਮਾਗਮ ਵਿੱਚ ਇਸ ਲੜੀ ਨੂੰ ਸੰਪੂਰਨ ਕਰੀਏ। ਮਨ ਹੈ ਚੰਚਲ, ਕਿਉਂ ਚੰਚਲ ਹੈ ਇਹ ਗੱਲ ਸਵੇਰੇ ਸਪਸ਼ਟ ਕਰੀ ਹੋਏਗੀ ਗੁਰਬਾਣੀ ਰਾਹੀਂ, ਮਨ ਚੰਚਲ ਕਿਉਂ ਹੈ? ਕਹਿਣ ਲੱਗੇ ਇਸ ਲਈ ਇੱਕ ਗੱਲ ਖਿਆਲ ਕਰੀ, ਚੰਚਲ ਮਨ ਦੇ ਦਿਸ ਕੋ ਧਾਵਤ, ਇਹ ਦਿਨ ਰਾਤ ਤੈਨੂੰ ਭੜਕਾਉਂਦਾ ਹੈ,
ਅਚਲ ਜਾਏ ਠਹਿਰਨ ਨੂੰ, ਇਹਨੂੰ ਕਿਸੇ ਅਚਲ ਥਾਂ 'ਤੇ ਜਿਹੜੀ ਚੱਲਦੀ ਨਾ ਹੋਵੇ, ਟਿਕਾਓ ਵਾਲੀ ਹੋਵੇ, ਅਚਲ ਉਹਨੂੰ ਕਹਿੰਦੇ ਨੇ ਜਿਹੜੀ ਚੱਲੇ ਨਾ। ਅਚਲ ਜਾਏ ਉਹ ਥਾਂ, ਉਹ ਟਿਕਾਣਾ ਜਿਹੜਾ ਕਦੀ ਨਾਸ਼ ਭਟਕਣਾ 'ਚ ਨਾ ਪਾਵੇ, ਉੱਥੇ ਇਹਨੂੰ ਲੈ ਜਾ, ਮਨ ਨੂੰ ਟਿਕਾ ਦੇ। ਚੰਚਲ ਮਨ ਦੈ ਦਿਸ ਕੋ ਧਾਵਤ, ਅਚਲ ਜਾਏ ਠਹਿਰਨ ਨੂੰ, ਕਿਸੇ ਅਚਲ ਥਾਂ 'ਤੇ ਟਿਕਾਣੇ 'ਤੇ ਲਿਜਾ, ਜਿਹੜਾ ਭਟਕਣਾ ਤੇਰੀ ਖਤਮ ਕਰ ਦੇਵੇ। ਕਹਿਣ ਲੱਗੇ ਜਿੰਨੀ ਦੇਰ ਤੂੰ ਉੱਥੇ ਨਹੀਂ ਜਾਂਦਾ, ਓਨੀ ਦੇਰ ਤੇਰਾ ਇਹ ਮਨ ਮਾਇਆ ਦੇ ਗ੍ਰਿਪ ਵਿੱਚੋਂ ਮੁਕਤ ਨਹੀਂ ਹੁੰਦਾ। ਕਹਿਣ ਲੱਗੇ ਕਹੋ ਨਾਨਕ, ਇਹ ਵਿਧ ਕੋ ਜੋ ਨਰ ਮੁਕਤ ਤਾਹੇ ਤੂੰ ਮੰਨੋ, ਨਹੀਂ ਤਾਂ ਸਮਝਾਂਗਾ ਤੂੰ ਜੋਗੀ ਬਣਿਆ ਜੁਗਤ ਨਹੀਂ ਜਾਣਦਾ। ਮਨ ਨੂੰ ਵਸ ਕਰ। ਹੁਣ ਸਵਾਲ ਪੈਦਾ ਹੋਏਗਾ ਕਿ ਮਨ ਨੂੰ ਵਸ ਕਿਵੇਂ ਕਰਾਂ ਜੀ, ਮਨ ਤਾਂ ਪੰਜਾਂ ਦੇ ਗ੍ਰਿਪ ਵਿੱਚ ਹੈ, ਪਹਿਲੇ ਪੰਜ ਵੀ ਵਾਸੇ 'ਚ ਹੋਣ ਅਤੇ ਫਿਰ ਮਨ ਵਸ ਵਾਸੇ, ਮਨ ਤਾਂ ਉਸ ਤੋਂ ਅਖੀਰ 'ਤੇ ਹੈ, ਪਹਿਲੇ ਪੰਜ ਨੇ, ਪੰਜਾਂ ਦੇ ਹੱਥ ਵਿੱਚ ਹੈ, ਇਹਨਾਂ ਦੇ ਪਿੱਛੇ ਮਾਇਆ ਦੀ ਸ਼ਕਤੀ ਖੜੀ, ਅਤੇ ਇਸ ਮਨ ਨੂੰ ਵਸ ਵਿੱਚ ਕਿਵੇਂ ਕਰਾਂ, ਟਿਕਾਣਾ ਕਿਵੇਂ ਬਣਾਵਾਂ, ਤਾਂ ਕਿ ਮੇਰੀ ਯੋਗ ਯੁਕਤੀ ਜਿਹੜੀ ਹੈ ਇਹ ਸਫਲ ਹੋ ਜਾਏ। ਹੁਣ ਆਪਾਂ ਸਵੇਰੇ ਵਿਚਾਰਨਾ ਹੈ ਕਿ ਮਨ ਨੂੰ ਕਿਵੇਂ ਵਸ ਵਿੱਚ ਕਰਨਾ ਹੈ। ਇੱਕ ਖਿਆਲ ਕਰਿਓ, ਦੋ ਹੀ ਚੀਜ਼ਾਂ ਹੁੰਦੀਆਂ ਨੇ, ਪਹਿਲਾਂ ਹੁੰਦਾ ਹੈ ਵਸ ਵਿੱਚ ਕਰਨਾ, ਪਕੜ ਲਓ, ਜ਼ਿੰਦਾ ਪਕੜ ਲਓ, ਅਤੇ ਜੇ ਜਿਹੜੀ ਕਈ ਚੀਜ਼ ਅੱਕ ਹੀ ਹੋ ਜਾਏ, ਜ਼ਿੰਦਾ ਨਾ ਪਕੜੀ ਜਾਏ, ਫਿਰ ਹੁੰਦਾ ਇਹਨੂੰ ਮਾਰ ਦਿਓ। ਫੌਜ ਵਿੱਚ ਵੀ ਇਹ ਗੱਲ ਸਿਖਾਈ ਜਾਂਦੀ ਹੈ, ਦੁਸ਼ਮਣ ਨੂੰ ਕੋਸ਼ਿਸ਼ ਕਰੋ ਜ਼ਿੰਦਾ ਪਕੜ ਲਓ, ਪਰ ਜੇ ਜ਼ਿੰਦਾ ਨਾ ਪਕੜ ਸਕੋ ਤਾਂ ਗੋਲੀ ਚਲਾ ਦਿਓ, ਮਾਰ ਦਿਓ। ਲਓ ਹੁਣ ਆਪਾਂ ਕੱਲ੍ਹ ਵਿਚਾਰਨਾ, ਗੁਰੂ ਨੇ ਕਿਉਂ ਆਖਿਆ, ਇੱਕ ਪਾਸੇ ਆਖਿਆ ਮਨ ਨੂੰ ਵਸ ਕਰ, ਬਸ ਆਉਣੇ ਹੋਵੇ ਜਾਣੇ ਇਸ ਮਨ ਕੋ, ਅਤੇ ਦੂਜੇ ਪਾਸੇ ਇਹ ਆਖ ਦਿੱਤਾ ਮਨ ਮਰਿਆ ਦਾਰੂ ਜਾਣੇ ਕੋਏ, ਇੱਕ ਪਾਸੇ ਮਨ ਮਾਰਨ ਦੀ ਗੱਲ ਹੈ, ਇੱਕ ਪਾਸੇ ਮਨ ਵਸ ਵਿੱਚ ਕਰਨ ਦੀ ਗੱਲ ਹੈ। ਮਨ ਵਸ ਵਿੱਚ ਕਿਉਂ ਨਹੀਂ ਆਉਂਦਾ, ਉਹਦੀਆਂ ਪ੍ਰੋਬਲਮ ਜ਼ਾਹਿਰ ਕੀਤੀਆਂ ਨੇ, ਬਿਲਕੁਲ ਲਿਸਟ ਦੇ ਦਿੱਤੀ ਹੈ ਪੂਰੀ, ਮਨ ਵਸ ਵਿੱਚ ਕਿਉਂ ਨਹੀਂ ਆਉਂਦਾ। ਅਤੇ ਫਿਰ ਜੇ ਮਨ ਨੂੰ ਮਾਰਨਾ ਤਾਂ ਮਾਰਨਾ ਕਿਵੇਂ ਹੈ। ਜੋਗੀ ਕਹਿੰਦੇ ਨੇ ਮੈਂ ਤੈਨੂੰ ਮਿਲਣ ਆਇਆ ਸਾਂ, ਮੇਰਾ ਮਕਸਦ ਹੋਰ ਕੋਈ ਨਹੀਂ ਸੀ, ਦਹਿ ਦਿਸਤਾਵਾਂ ਤੈਨੂੰ ਮਿਲਾ, ਤੇਰੇ ਮਿਲਾਪ ਲਈ। ਪਰ ਪੰਜ ਸਤਾਵਾਂ ਦੂਤ ਜਾਂ ਦਿਸਤਾਵਾਂ ਪ੍ਰੇਮ ਪ੍ਰਭਕਾਰ ਨੇ, ਪ੍ਰਭੂ ਦੇ ਪ੍ਰੇਮ ਵਿੱਚ ਉਹਦੇ ਮਿਲਾਪ ਦੇ ਤਾਂਗ ਵਿੱਚ ਮੈਂ ਤਾਂ ਦਸਾਂ ਦਿਸ਼ਾਂ ਵਿੱਚ, ਜੰਗਲਾਂ ਵਿੱਚ ਵੀ ਗਿਆ, ਘਰਾਂ ਮੰਦਰਾਂ ਵਿੱਚ ਵੀ ਗਿਆ, ਡੇਰਿਆਂ 'ਤੇ ਵੀ ਗਿਆ, ਕਿਤੋਂ ਮੈਨੂੰ ਰੱਬ ਦਾ ਮਿਲਾਪ ਹੋ ਜਾਏ,
ਦੇ ਦਿਸਤਾਵਾਂ ਅਨੇਕ ਪ੍ਰੇਮ ਪ੍ਰਵਕਾਰ ਨੇ ਕਹਿਣ ਲੱਗੇ ਪਰ ਹੋਇਆ ਕਿ ਪੰਜ ਸੁਤਾਵੇਂ ਦੂਤ ਕਵਨ ਵਿਦਵਾਰ ਨੇ ਜਿੱਥੇ ਵੀ ਜਾਂਦਾ ਰਿਹਾ ਇਹ ਪੰਜ ਨਾਲ ਹੀ ਤੁਰ ਗਏ ਹਰ ਟਿਕਾਣੇ ਵਿੱਚ ਜੰਗਲਾਂ ਵਿੱਚ ਵੀ ਪੰਜਾਂ ਨੇ ਮੇਰਾ ਸਾਥ ਨਾ ਛੱਡਿਆ ਮੰਦਰਾਂ ਅਤੇ ਮਸਜਿਦਾਂ ਗੁਰਦੁਆਰਿਆਂ ਵਿੱਚ ਵੀ ਇਹਨਾਂ ਪੰਜਾਂ ਨੇ ਮੇਰਾ ਸਾਥ ਨਾ ਛੱਡਿਆ ਅਤੇ ਜਿਹੜੇ ਵੱਸ ਵਿੱਚ ਨਾ ਆਉਣ ਉਹਨੂੰ ਮਾਰਨਾ ਹੀ ਚੰਗਾ ਮੈਂ ਸੋਚਿਆ ਇਹਨਾਂ ਨੂੰ ਮਾਰ ਹੀ ਦਿਓ ਮੇਰੇ ਗੁਰੂ ਨੂੰ ਵੀ ਆਖਿਆ ਮਾਰ ਦੇ ਸਤਿਗੁਰੂ ਨੇ ਬਾਣੀ ਵਿੱਚ ਹਰ ਗੱਲ ਆਖੀ ਕਹਿਣ ਲੱਗੇ ਜਿਨ ਮਿਲ ਮਾਰੇ ਪੰਚ ਸੂਰਬੀਰ ਇਹ ਵੀ ਤਾਂ ਸੂਰਮੇ ਨੇ ਐਸੋ ਕੌਣ ਬਲੀ ਗਏ ਇਹ ਜੋ ਮਹਾਨ ਬਲਵਾਨ ਕਿਹੜਾ ਹੋਵੇ ਜਿਹੜਾ ਇਹਨਾਂ ਪੰਜਾਂ ਨੂੰ ਮਾਰ ਲਵੇ ਵੱਸ ਵਿੱਚ ਤਾਂ ਨਹੀਂ ਆਉਂਦੇ ਪੰਚ ਸਤਾਵੇਂ ਦੂਤ ਕਵਨ ਬਿਦ ਮਾਰਨੇ ਅਤੇ ਅਗਲੇ ਪਾਸੇ ਇੱਕ ਲਾਈਨ ਹੈ ਇਸੇ ਸ਼ਬਦ ਦੇ ਕਹਿਣ ਲੱਗੇ ਤੀਖਣ ਬਾਣ ਚਲਾਏ ਤੀਖਣ ਬਾਣ ਦਾ ਮਤਲਬ ਹੁੰਦਾ ਬੜਾ ਸ਼ਕਤੀਸ਼ਾਲੀ ਤਿੱਖਾ ਤੀਰ ਜਿਹੜਾ ਇੱਕ ਪਾਸਿਓਂ ਵੱਜੇ ਦੂਜੇ ਪਾਸੇ ਨਿਕਲ ਨਾ ਜਾਏ ਅਨਿਆਲਾ ਤੀਰ ਅਣੀਆਂ ਵਾਲਾ ਜਿਹਨੂੰ ਆਪਾਂ ਕਹਿੰਦੇ ਨੇ ਕਹਿੰਦੇ ਤੀਖਣ ਬਾਣ ਚਲਾਏ ਜਿਹੜਾ ਤਿੱਖਾ ਤੀਰ ਹੈ ਨਾ ਉਹ ਚਲਾ ਆਪਾਂ ਸਵੇਰੇ ਵਿਚਾਰਨਾ ਉਹ ਤਿੱਖਾ ਤੀਰ ਕਿਹੜਾ ਹੈ ਇਹ ਪੰਜ ਕਿਵੇਂ ਮਰਨਾ ਜਿੰਨੀ ਦੇਰ ਇਹ ਪੰਜ ਮਰਦੇ ਨਹੀਂ ਉੱਨੀ ਦੇਰ ਮਨ ਵੱਸ ਵਿੱਚ ਨਹੀਂ ਆਉਂਦਾ ਅਤੇ ਜਿੰਨੀ ਦੇਰ ਮਨ ਵੱਸ ਵਿੱਚ ਨਹੀਂ ਆਉਂਦਾ ਭਾਵੇਂ ਸੰਸਾਰ ਦੇ ਮੰਦਰਾਂ ਠਾਕਰ ਦੁਆਰਿਆਂ ਗੁਰਦੁਆਰਿਆਂ ਅਤੇ ਸੰਪਰਦਾਵਾਂ ਵਿੱਚ ਤੁਰੇ ਜਾਈਏ ਅਤੇ ਭਾਵੇਂ ਜੰਗਲਾਂ ਵਿੱਚ ਭਟਕਣ ਤੁਰੇ ਜਾਈਏ ਜਿੰਨੀ ਦੇਰ ਮਨ ਵੱਸ ਵਿੱਚ ਨਹੀਂ ਆਉਂਦਾ ਮਨ ਸ਼ੈਤਾਨ ਦਾ ਘਰ ਬਣਿਆ ਹੋਇਆ ਹੈ ਉਨੀ ਦੇਰ ਸ਼ੈਤਾਨ ਹੀ ਸ਼ੈਤਾਨ ਵਿੱਚ ਫੇਰਿਆ ਗੁਰੂ ਕਹਿੰਦੇ ਨੇ ਮੈਂ ਇਹ ਸਮਝਦਾ ਜਿੰਨੀ ਦੇਰ ਇਸ ਮਨ ਵਿੱਚ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਸਦੇ ਨੇ ਸਮਝ ਲਿਆ ਵੀ ਇਹ ਮਨੁੱਖ ਜੋਗੀ ਤਾਂ ਬਣ ਗਿਆ ਕੱਪੜੇ ਪਾ ਕੇ ਭੇਖ ਤਾਂ ਬਣ ਭੇਖ ਬਣਾ ਕੇ ਜੋਗੀਆਂ ਵਾਲਾ ਪਰ ਇਹਨੂੰ ਜੁਗਤੀ ਨਹੀਂ ਆਈ ਜੋਗੀ ਕਿਵੇਂ ਬਣੀਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਫੈਸਲਾ ਦਿੰਦੇ ਨੇ ਅਤੇ ਕਹਿੰਦੇ ਜੁਗਤੇ ਨਾ ਜਾਣੋ ਤੈ ਜੋਗੀ ਕੋ ਜੁਗਤੇ ਨਾ ਜਾਣੋ ਲੋਭ ਮੋਹ ਮਾਇਆ ਮਮਤਾ ਲੋਭ ਮੋਹ ਮਾਇਆ ਮਮਤਾ
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਅੱਜ ਦੀ ਪ੍ਰੇਰਨਾ ਕਿ ਭਲਿਆ ਜਿਸ ਰਾਹ ਵੀ ਪਾਏ ਉਸ ਰਾਹ ਦੀ ਜੁਗਤ ਜ਼ਰੂਰ ਜਾਣ ਲੈ। ਐਸਾ ਨਾ ਹੋਵੇ ਤੁਰਿਆ ਜਾਏ ਤੁਰਿਆ ਜਾਏ ਪਰ ਜੁਗਤੀ ਨਾ ਜਾਣਨ ਕਰਕੇ ਤੁਰ ਤੁਰ ਕੇ ਤੂੰ ਥੱਕ ਜਾਏ ਮੰਜ਼ਿਲ ਨਾ ਮਿਲੇ। ਬੇਮੰਜ਼ਿਲਾ ਤੁਰਨਾ ਹੀ ਜੀਵਨ ਬੇਅਰਥ ਕਰਨਾ ਹੈ। ਜੀਵਨ ਇੱਕ ਸਫ਼ਰ ਹੈ, ਮਨੁੱਖ ਨੂੰ ਮੁਸਾਫਰ ਆਖਿਆ ਹੈ ਅਤੇ ਹਰ ਸਫ਼ਰ ਜਿਹੜਾ ਹੈ ਉਹਦੀ ਕੋਈ ਮੰਜ਼ਿਲ ਹੁੰਦੀ ਹੈ। ਮਨੁੱਖ ਘਰੋਂ ਜਦੋਂ ਤੁਰਦਾ ਉਦੋਂ ਹੀ ਮੰਜ਼ਿਲ ਨਿਸ਼ਚਿਤ ਕਰਦਾ ਮੈਂ ਕਿੱਥੇ ਜਾਣਾ ਹੈ। ਉਹ ਕਾਹਦਾ ਸਫ਼ਰ ਹੈ ਜਿਹਦੀ ਮੰਜ਼ਿਲ ਹੀ ਪਤਾ ਨਾ ਹੋਵੇ। ਧਰਮ ਦਾ ਉਹ ਸਫ਼ਰ ਹੋ ਗਿਆ ਅੱਜ ਜਿਹਦੀ ਮੰਜ਼ਿਲ ਕੋਈ ਨਹੀਂ। ਮੰਜ਼ਿਲ ਕਿਉਂ ਨਹੀਂ? ਕਿਉਂਕਿ ਜੁਗਤ ਕੋਈ ਪਤਾ ਹੀ ਨਹੀਂ ਵੀ ਕਿੰਨਾ ਸਫ਼ਰ ਕਰਨਾ ਹੈ, ਕਿੰਨੇ ਸਮੇਂ ਵਿੱਚ ਕਰਨਾ ਹੈ, ਕੀ ਸਪੀਡ ਰੱਖਣੀ ਹੈ, ਰਸਤੇ ਦੀਆਂ ਲੋੜਾਂ ਕਿਵੇਂ ਉਹਨਾਂ ਦੀ ਹੱਲ ਕਰ, ਇਹ ਸਾਰਾ ਕੁਝ ਜੁਗਤੀ ਵਿੱਚ ਸ਼ਾਮਿਲ ਹੈ। ਸੋ ਗੁਰੂ ਕਹਿੰਦੇ ਨੇ ਗੁਰੂ ਕੋਲੋਂ ਜੁਗਤ ਸਿੱਖਣੀ ਹੈ। ਇਹ ਸ਼ਬਦ ਅੱਗੇ ਫਿਰ ਆਵੇਗਾ ਵੀ ਸਤਿਗੁਰੂ ਕਿਵੇਂ ਜੁਗਤ ਦਿਸਾਉਂਦਾ ਹੈ। ਗੁਰੂ ਨੇ ਬਾਣੀ ਵਿੱਚ ਆਖਿਆ ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।